ਪੜ੍ਹਿਆ ਉੱਥੇ ਮੈਂ ਆਪਣਾ ਵੋਟ ਐਜ਼ ਏ ਕੈਂਡੀਡੇਟ ਪੋਲ ਕੀਤਾ। ਦੇਖੋ ਜਿੱਤ ਦੇ ਦਾਅਵੇ ਦਾ ਸਵਾਲ ਕਿੱਥੇ ਗੱਲ ਹੁੰਦਾ ਡਿਸਕਸ਼ਨ ਕਰਨ ਦਾ। ਇੱਕ ਬੰਦਾ ਜਿਹੜਾ ਇੱਥੇ ਲੋਕਲ ਹੈ, ਲੋਕਾਂ ਦੇ ਹਮਦਰਦ ਜਾਂਦਾ ਹੈ, ਇੱਥੇ ਇਹਨਾਂ ਦੇ ਵਿੱਚ ਪੜ੍ਹ ਕੇ ਵੱਡਾ ਹੋਇਆ, ਇਹਨਾਂ ਦੇ ਸੰਸਕਾਰ ਦੇ ਨਾਲ ਇਹ ਸਭ ਕੁਛ ਅੱਜ ਹਾਸਿਲ ਕੀਤਾ, ਉਹ ਸਵਰਨ ਸਲਾਰਿਆਂ ਤਾਂ ਇਹਨਾਂ ਦੀ ਦਰਦ ਹੈ, ਔਰ ਸਵਰਨ ਸਲਾਰੇ ਇਹਨਾਂ ਦੀ ਦਰਦ ਹੈ, ਇਹ ਸਵਰਨ ਸਲਾਰੇ ਦੀ ਦਰਦ ਨੇ। ਹਰ ਚੀਜ਼ ਮੈਂ ਮੇਰੇ ਹਲਕੇ ਦੇ ਮੇਰੇ ਪਿੰਡ ਵਾਸੀਆਂ ਦੇ ਵਾਸਤੇ ਮੈਂ ਕਰਾਂਗਾ। ਔਰ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ, ਬਾਹਰ ਦਾ ਕੈਂਡੀਡੇਟ ਜਿਹੜਾ ਹੁਣ 6 ਮਹੀਨੇ ਪਹਿਲੇ ਹਾਰ ਕੇ ਆਇਆ ਹੈ, ਉਹਦੇ ਵਾਸਤੇ ਇੱਥੇ ਗੁਰਦਾਸਪੁਰ 'ਚ ਕੋਈ ਜਗ੍ਹਾ ਨਹੀਂ ਜਿੱਥੇ ਉਹ ਕੰਮ ਕਰਦਾ ਸੀਗਾ। ਅਬੋਹਰ ਜਿੱਥੋਂ ਸਾਰੀ ਕਾਂਗਰਸ ਜਿੱਤ ਕੇ ਆਈ ਹੈ 6 ਮਹੀਨੇ ਪਹਿਲੇ, ਔਰ ਇਹ ਹਾਰ ਗਿਆ, ਉਹਨੂੰ ਚੱਕ ਕੇ ਗੁਰਦਾਸਪੁਰ ਦਾ ਤੁਸੀਂ ਕੈਂਡੀਡੇਟ ਬਣਾਉਂਦੇ ਹੋ, ਜਿਹਨੂੰ ਗੁਰਦਾਸਪੁਰ ਦੇ ਬਾਰੇ 'ਚ ਕੁਛ ਪਤਾ ਨਹੀਂ, ਨਾ ਲੋਕਾਂ ਨਾਲ ਉਹਨਾਂ ਦਾ ਪਿਆਰ ਹੈ, ਅਤੇ ਮੇਰਾ ਖਿਆਲ ਹੈ ਲੋਕ ਉਹਨੂੰ ਵੋਟ ਕਿਉਂ ਪਾਉਣਗੇ? ਕੋਈ ਵੋਟ ਨਹੀਂ ਪਾਏਗਾ ਉਹਨਾਂ ਨੂੰ, ਔਰ ਮੇਰਾ ਖਿਆਲ ਹੈ ਚੰਗੀ ਵੱਡੀ ਲੰਬੀ ਚੌੜੀ ਜਿੱਤ ਹੋਏਗੀ। ਔਰ ਪਹਿਲੇ ਸਾਰੀ ਲੀਡ ਸੀ 1,40,000, ਅਸੀਂ ਉਹਨੂੰ ਕ੍ਰੋਸ ਕਰਾਂਗੇ, ਇਹ ਮੇਰਾ ਦਾਅਵਾ, ਐਂਡ ਆਪਾਂ ਵਿਨਰ ਹੋਵਾਂਗੇ। ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਂਝਾ ਉਮੀਦਵਾਰ ਸਵਰਨ ਸਲਾਰੀਆ ਵਿਲ ਬੀ ਇਲੈਕਟਡ ਮੈਂਬਰ ਆਫ ਪਾਰਲੀਮੈਂਟ।